ਬਾਰਡਰ ਬੂਡਰ ਤਾਂ ਕੋਈ ਏਡੀ ਚੀਜ਼ ਨਹੀਂ ਹੈਗੀ, ਪਰ ਉਹਨਾਂ ਚਿਰ ਆਪਾਂ ਆਪਣੇ ਜਾਬਤੇ 'ਚ ਰਹਿਣਾ ਹੈ। ਕੱਲ੍ਹ ਨੂੰ ਇਹ ਚੱਕਣਾ ਪਿਆ, ਪੂਰੀ ਤਿਆਰੀ ਦੇ ਮੁਤਾਬਕ ਇਹਨੂੰ ਚੱਕਾਂਗੇ। ਕੋਈ ਏਡੀਆ ਕੋਈ ਪੱਥਰ ਪੁੱਥਰ ਵਾਲੀ ਕੋਈ ਏਡੀ ਗੱਲ ਨਹੀਂ ਹੈਗੀ, ਮਸ਼ੀਨਾਂ JCB ਮਸ਼ੀਨਾਂ ਸਾਰਾ ਕੁਛ ਹੈਗਾ। ਹੌਲੀ ਸਰਕਾਰ ਦੇ ਕੰਨ ਉਹਨਾਂ ਨੂੰ ਜਗਾਉਣਾ, ਕੋਈ ਦਿੱਲੀ ਜਾ ਕੇ ਵੀ ਨਹੀਂ, ਉਰੇ ਵੀ ਅਗਲਾ ਇਹ ਬਾਹਰਲੇ ਮੁਲਕਾਂ ਤੱਕ ਵੀ ਇਹ ਚੀਜ਼ ਦਾ ਪਤਾ ਲੱਗ ਰਿਹਾ ਵੀ ਜਿਹੜਾ ਹੈਗਾ ਵੀ ਮੋਦੀ ਸਰਕਾਰ ਆ ਕੀ ਕੁਛ ਕਰ ਰਹੀ ਹੈ। ਆਪਾਂ ਨੇ MSP ਲੈਣੀ ਹੈ, ਉਹ ਲੈ ਕੇ ਹਟਾਂਗੇ। ਆਪਣਾ ਦੇਸ਼ ਨਹੀਂ ਲੱਗ ਰਿਹਾ ਹੁਣ ਸਾਨੂੰ ਇਹ ਵੀ ਇਹ ਜਿਹੜਾ ਇਹ ਜਿਹੜੀ ਫੋਰਸ ਹੈ ਆਪਣੇ ਬਾਰਡਰਾਂ ਦੀ ਰਾਖੀ ਕਰਨ ਦੀ ਬਜਾਏ ਹੁਣ ਸਾਡੇ ਜਵਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਉਹ ਚਲਾ ਰਹੀ ਹੈ। ਜਿੰਨਾ ਚਿਰ ਆਪਣੇ ਆਗੂ ਨਹੀਂ ਕਹਿੰਦੇ ਹੈਗੇ ਉਨਾ ਚਿਰ ਕੋਈ ਵੀ ਆਪਾਂ ਆਪਣੇ ਮੁੰਡਿਆਂ ਨੂੰ ਵੀ ਰੋਕ ਰਹੇ ਹਾਂ ਵੀ ਤੁਸੀਂ ਇਸ ਦੇ ਨੇੜੇ ਨਹੀਂ ਜਾਣਾ। ਤਾਂ ਦੇਖ ਸਕਦੇ ਹੋ ਤੁਸੀਂ ਖਨੌਰੀ 'ਤੇ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪਰਲੇ ਪਾਸੇ ਜਿਹੜੀ ਫੋਰਸ ਨੇ, ਹਰਿਆਣੇ ਦੀਆਂ ਫੋਰਸਾਂ ਨੇ ਜਿਹੜੀਆਂ ਦੇਖ ਸਕਦੇ ਹੋ, ਉੱਧਰਲੇ ਪਾਸੇ ਅਨਾਊਂਸਮੈਂਟਾਂ ਉਹਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਤਾਂ ਇੱਧਰੋਂ ਕਿਸਾਨ ਨੇ ਜਿਹੜੇ ਇੱਧਰ ਖੜ੍ਹੇ ਹੋਏ ਨੇ, ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਤਾਰਾਂ ਨੇ ਉਹ ਲੱਗੀਆਂ ਹੋਈਆਂ, ਕੰਡਿਆਲੀਆਂ ਤਾਰਾਂ ਦੇਖ ਸਕਦੇ ਹੋ। ਸਾਹਮਣੇ ਮੈਂ ਕਹੂੰਗਾ ਵਤਨ ਜ਼ਰੂਰ ਦਿਖਾ ਦਿਓ, ਸਾਹਮਣੇ ਕੰਡਿਆਲੀਆਂ ਤਾਰਾਂ ਲੱਗੀਆਂ ਹੋਈਆਂ ਨੇ ਉਸੇ ਤਰੀਕੇ ਦੇ ਨਾਲ। ਕੰਕਰੀਟ ਹੈ ਜਿਹੜੀ ਉਹਦੀਆਂ ਕੰਧਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਤਾਂ ਕੱਲ੍ਹ ਨੂੰ ਕਿਸਾਨਾਂ ਦੀ ਅਤੇ ਸੈਂਟਰ ਦੇ ਮਿਨਿਸਟਰਾਂ ਦੀ ਜਿਹੜੀ ਮੀਟਿੰਗ ਹੈ ਉਹ ਹੋਣੀ ਹੈ, ਤਾਂ ਉਸਦੇ ਲਈ ਦੇਖ ਸਕਦੇ ਹੋ ਤੁਸੀਂ ਉਸ ਤੋਂ ਪਹਿਲਾਂ ਕਿਸ ਤਰੀਕੇ ਦਾ ਮਾਹੌਲ ਹੈ। ਖਨੌਰੀ ਬਾਰਡਰ 'ਤੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਤਾਂ ਸਾਹਮਣੇ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ, ਵਾਟਰ ਕੈਨਨ ਨੇ ਜਿਹੜੇ ਉਹ ਲੱਗੇ ਹੋਏ ਨੇ। ਤਾਂ ਪਰਲੇ ਵੀ, ਪਰਲੇ ਪਾਸੇ ਵੀ, ਉਸ ਤੋਂ ਪਿੱਛੇ ਵੀ ਕਈ ਲੇਅਰਸ ਦੇ ਵਿੱਚ ਜਿਹੜੀ ਪ੍ਰਸ਼ਾਸਨ ਹੈ, ਹਰਿਆਣਾ ਪ੍ਰਸ਼ਾਸਨ ਹੈ, ਉਹ ਲੱਗਿਆ ਹੋਇਆ। ਇੱਧਰਲੇ ਪਾਸੇ ਕਹੂੰਗਾ ਮੈਂ, ਉਹ ਥੱਲੇ ਜ਼ਰੂਰ ਦਿਖਾ ਦਿਓ, ਖੇਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਹੈ ਜਿਹੜਾ ਲੱਗਿਆ ਹੋਇਆ, ਹਰਿਆਣਾ ਪ੍ਰਸ਼ਾਸਨ। ਤਾਂ ਇੱਧਰੋਂ ਕਿਸਾਨ ਨੇ ਜਿਹੜੇ ਉਹ ਵੀ ਸ਼ਾਂਤਮਈ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਕਰ ਰਹੇ ਨੇ, ਇੱਥੇ ਬੈਠੇ ਹੋਏ ਨੇ। ਪਰ ਉੱਧਰੋਂ ਲਗਾਤਾਰ ਜਿਹੜਾ ਅਨਾਊਂਸਮੈਂਟ ਆ ਉਹ ਕੀਤੀ ਜਾ ਰਹੀ ਸੀ, ਤਾਂ ਉੱਥੇ ਜਾ ਕੇ ਅਸੀਂ ਅੱਗੇ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਵੱਲੋਂ ਸਾਨੂੰ ਵੀ ਪਿੱਛੇ ਭੇਜ ਦਿੱਤਾ ਗਿਆ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ। ਇੱਧਰੋਂ ਕਿਸਾਨ ਨੇ ਜਿਹੜੇ ਕੰਡਿਆਲੀ ਤਾਰ ਹੈ ਜਿਹੜੀ ਉਹ ਲਾ ਰਹੇ ਨੇ, ਕਿਉਂਕਿ ਸ਼ਰਾਰਤੀ ਅੰਸਰ ਹੈ ਜਿਹੜਾ, ਕੋਈ ਵੀ ਸ਼ਰਾਰਤੀ ਅੰਸਰ ਇੱਥੇ ਸ਼ਰਾਰਤ ਰਾਤ ਨੂੰ ਨਾ ਕਰ ਸਕੇ, ਜਿਵੇਂ ਕਿਸਾਨਾਂ ਨੇ ਪਰਸੋਂ ਚੌਥੇ ਇੱਕ ਸ਼ਰਾਰਤੀ ਅੰਸਰ ਫੜਿਆ ਸੀ ਜਿਹੜਾ ਲਗਾਤਾਰ ਰੋੜੇ ਮਾਰ ਰਿਹਾ ਸੀ, ਤਾਂ ਜਿਸ ਤੋਂ ਬਾਅਦ ਮਾਹੌਲ ਵੀ ਭਖਿਆ। ਤਾਂ ਪਰ ਉਸ ਤੋਂ ਬਾਅਦ ਕਿਸਾਨ ਨੇ ਜਿਹੜੇ ਕਿਸਾਨ ਜਥੇਬੰਦੀਆਂ ਨੇ, ਜਿਹੜੀਆਂ ਕਿਸਾਨ ਨੇ ਜਿਹੜੇ ਇੱਥੇ ਰਾਤ ਨੂੰ ਪਹਿਰਾ ਵੀ ਦਿੰਦੇ ਨੇ, ਤਾਂ ਅੱਜ ਇੱਥੇ ਦੇਖ ਸਕਦੇ ਹੋ ਤੁਸੀਂ। ਤਾਂ ਅੱਗੇ ਅਨਾਊਂਸਮੈਂਟ ਕੀਤੀ ਜਾ ਰਹੀ ਆ, ਤਾਂ ਅੱਗੇ ਹੁਣ ਲਗਾਤਾਰ ਅਨਾਊਂਸਮੈਂਟ ਆ ਜਿਹੜੀ ਕੀਤੀ ਜਾ ਰਹੀ ਹੈ, ਚੇਤਾਵਨੀ ਅੱਗੇ ਲਿਖਿਆ ਹੋਇਆ। ਤਾਂ ਦੇਖ ਸਕਦੇ ਹੋ ਹੁਣ ਮਾਹੌਲ ਹੈ ਜਿਹੜਾ ਖਨੌਰੀ ਬਾਰਡਰ ਦਾ। ਤਾਂ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਹਾਂ। ਤਾਂ ਮੈਂ ਕਹੂੰਗਾ ਇੱਕ ਵਾਰ ਜ਼ੂਮ ਕਰਕੇ ਜ਼ਰੂਰ ਦਿਖਾ ਦਿਓ ਸਾਰਾ, ਕਿਸ ਤਰੀਕੇ ਦੇ ਨਾਲ ਫੋਰਸਾਂ ਨੇ ਜਿਹੜੀਆਂ ਹਰਿਆਣੇ ਨੇ ਖੜਾਈਆਂ ਹੋਈਆਂ ਨੇ। ਤਾਂ ਇੱਧਰਲੇ ਪਾਸੇ ਵੀ ਜ਼ਰੂਰ ਕਹੂੰਗਾ ਜਿਹੜੀ ਲੇਅਰ ਆ ਇਸ ਤਰੀਕੇ ਦੇ ਨਾਲ ਲੇਅਰ ਆ ਜਿਹੜੀ ਉਹ ਬਣੀ ਹੋਈ ਆ। ਪਰਲੇ ਪਾਸੇ ਮੋਟਰ ਦਾ ਜਿਹੜਾ ਕੋਠਾ ਹੈ, ਤਾਂ ਉੱਥੋਂ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਮੋਟਰ ਦੇ ਕੋਠੇ ਤੱਕ ਇਸ ਤਰੀਕੇ ਦੇ ਨਾਲ ਜਿਹੜੀ ਫੋਰਸ ਹੈ ਉਹ ਇੱਥੇ ਖੜੀ ਹੋਈ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਫੌਜੀਆਂ ਨੇ ਹੈਲਮਟ ਨੇ ਜਿਹੜੇ ਪਰਲੇ ਪਾਸੇ ਪਾਏ ਹੋਏ ਨੇ, ਰੈਪਿਡ ਐਕਸ਼ਨ ਫੋਰਸ ਹੈ ਜਿਹੜੀ। ਤਾਂ ਵਾਟਰ ਕੈਨਨ ਹੈ ਜਿਹੜਾ ਇੱਥੇ ਹੀ ਇਸੇ ਥਾਂ 'ਤੇ ਜਿਹੜਾ ਕਿਸਾਨ ਸੀਗੇ ਉਹਨਾਂ ਦੇ ਉਹ ਪੱਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਸੁੱਟੇ ਗਏ ਸੀ। ਤਾਂ ਸਾਹਮਣੇ ਜਿਹੜੀਆਂ ਕਿੱਲਾਂ ਸੀਗੀਆਂ ਉਹ ਖੜੀਆਂ ਕੀਤੀਆਂ ਹੋਈਆਂ ਸੀ, ਤਾਂ ਕਿੱਲਾਂ ਨੇ ਜਿਹੜੀਆਂ ਉਹ ਪੱਟ ਦਿੱਤੀਆਂ ਗਈਆਂ ਸੀ। ਤਾਂ ਕਿੱਲਾਂ ਸੀਗੀਆਂ ਇੱਥੇ ਬਾਈ ਜੀ, ਤਾਂ ਹਾਂਜੀ ਕਿੱਲਾਂ ਇੱਥੇ ਲੱਗੀਆਂ ਹੋਈਆਂ ਸੀ, ਪੱਟ ਦਿੱਤੀਆਂ ਗਈਆਂ ਸੀ। ਪੱਟਤੀਆਂ ਵੀਰ ਜੀ, ਕਿੱਲਾਂ ਦੇ ਪੱਟਤੀਆਂ ਜੀ, ਕਿੱਲਾਂ ਦਾ ਪੱਟ
ਪੱਟੀਆਂ ਗਈਆਂ, ਪਹਿਲੇ ਦਿਨ ਹੀ ਪੱਟੀਆਂ ਗਈਆਂ ਹਨ ਕਿੱਲਾਂ ਤਾਂ ਹੀ। ਉਦੋਂ ਮੁੜ ਕੇ ਲਗਾਤਾਰ ਅਨਾਉਂਸਮੈਂਟਾਂ ਕੀ ਕਰ ਰਹੇ ਨੇ ਉਹ? ਬਸ ਉਹ ਤੋਂ ਕਹਿ ਰਹੇ ਨੇ ਵੀ ਆਪਣੀ ਉਲੰਘਣਾ ਨਾ ਕਰੋ ਕਿਸੇ ਤਰ੍ਹਾਂ ਵੀ, ਨਾ ਨੇੜੇ ਆਓ, ਇੱਧਰ ਰਹੋਗੇ ਤਾਂ ਅਸੀਂ ਅੱਗੇ ਕੋਈ ਸ਼ਰਾਰਤੀ ਅਨਸਰ ਹੈ ਕੋਈ, ਜਿੰਨਾ ਚਿਰ ਮੀਟਿੰਗ ਦਾ ਦੌਰ ਚੱਲ ਰਿਹਾ ਵੀ ਉਨਾ ਚਿਰ ਸ਼ਾਂਤੀ ਪੂਰਵਕ ਵੀ ਤੁਸੀਂ ਇਹ ਆਪਦਾ ਪ੍ਰੋਟੈਕਸ਼ਨ ਕਰੋ, ਤੇ ਉਸ ਕਰਕੇ ਅਸੀਂ ਵੀ ਇਹ ਆਪਣੇ ਜਿਹੜੇ ਵੀ ਟਰੈਕਟਰ ਲੈ ਕੇ ਵੀ ਆ ਰਹੇ ਨੇ ਉਹਨਾਂ ਨੂੰ ਵੀ ਇਹੀ ਕਹਿ ਰਹੇ ਹਾਂ ਵੀ ਤੁਸੀਂ ਆਪਦਾ ਜਿੰਨਾ ਚਿਰ ਆਪਾਂ ਨੂੰ ਉੱਤੋਂ ਕਾਲ ਨਹੀਂ ਆਉਂਦੀ ਹੈਗੀ ਉਨਾ ਚਿਰ ਇਹਦੇ ਆਪਾਂ ਬਾਰਡਰ ਬੂਡਰ ਤਾਂ ਕੋਈ ਐਡੀ ਚੀਜ਼ ਨਹੀਂ ਹੈਗੀ, ਪਰ ਉਨਾ ਚਿਰ ਆਪਾਂ ਆਪਣੇ ਜਾਬਤੇ 'ਚ ਰਹਿਣਾ ਹੈ। ਆਪਾਂ ਤਾਂ ਇਹ ਹੈ ਵੀ ਦਿੱਲੀ ਜਾ ਕੇ ਵੀ ਉਹ ਹੈ ਵੀ ਆਪਾਂ ਇਸ ਕਰਕੇ ਇਸ ਨੂੰ ਜਿੰਨਾ ਚਿਰ ਆਪਣੇ ਆਗੂ ਨਹੀਂ ਕਹਿੰਦੇ ਹੈਗੇ ਉਨਾ ਚਿਰ ਕੋਈ ਵੀ ਆਪਾਂ ਆਪਣੇ ਮੁੰਡਿਆਂ ਨੂੰ ਵੀ ਰੋਕ ਰਹੇ ਹਾਂ ਵੀ ਤੁਸੀਂ ਇਸ ਦੇ ਨੇੜੇ ਨਹੀਂ ਜਾਣਾ, ਉਨਾ ਚਿਰ ਕੋਈ ਸ਼ਰਾਰਤ ਨਹੀਂ ਕਰਨੀ। ਇਹ ਸ਼ਰਾਰਤੀ ਅਨਸਰ ਉੱਧਰੋਂ ਲਾ ਲਓ ਵੀ ਇਹ ਸਰਕਾਰਾਂ ਉਹਦੇ ਆਪਣੇ 'ਚ ਵਾੜ ਕੇ ਕੋਈ ਨਾ ਕੋਈ ਕੱਲ੍ਹ ਨੂੰ ਮੁੰਡਿਆਂ ਦਾ ਨੁਕਸਾਨ ਹੋ ਰਿਹਾ। ਹੁਣ ਆਪਾਂ 2-3 ਦਿਨ ਦੇਖੀ ਹੈ ਵੀ ਕਿੰਨਾ ਇਹਨਾਂ ਨੇ ਅਥਰੂ ਗੈਸ ਵਗੈਰਾ ਜੋ ਵੀ ਕਰੀ ਹੈ, ਹੁਣ ਆਪਾਂ ਵੀ ਆਪਣੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਪ੍ਰਬੰਧ ਕਰ ਰਹੇ ਨੇ ਵੀ ਪੂਰੇ ਵੀ ਜੇ ਕੱਲ੍ਹ ਨੂੰ ਇਹ ਚੱਕਣਾ ਪਿਆ ਪੂਰੀ ਤਿਆਰੀ ਦੇ ਮੁਤਾਬਕ ਇਹਨੂੰ ਚੱਕਾਂਗੇ। ਕੋਈ ਐਡੀਆਂ ਕੋਈ ਪੱਥਰ ਪੁੱਥਰ ਵਾਲੀ ਕੋਈ ਐਡੀ ਗੱਲ ਨਹੀਂ ਹੈਗੀ, ਮਸ਼ੀਨਾਂ JCB ਮਸ਼ੀਨਾਂ ਸਾਰਾ ਕੁਛ ਹੈਗਾ, ਬੜੇ ਬੜੇ ਟਰੈਕਟਰ ਨੇ, ਵਰਤਣ ਦੀ ਲੋੜ ਪਈ ਵਰਤਾਂਗੇ ਉਹਨਾਂ ਨੂੰ। ਤਾਂ ਕੱਲ੍ਹ ਤੱਕ ਜਦੋਂ ਤੱਕ ਆਪਣਾ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਉਦੋਂ ਤੱਕ ਕਿਸਾਨ ਇਸ ਤਰੀਕੇ ਦੇ ਨਾਲ ਉਦੋਂ ਤੱਕ ਸ਼ਾਂਤਮਈ ਬੈਠੇ ਰਹਿਣਗੇ, ਅਤੇ ਅਸੀਂ ਵੀ ਸਾਰੇ ਆਪਣੇ ਸਾਰੇ ਭਾਈਆਂ ਨੂੰ ਸਰ ਨੂੰ ਇਹ ਅਪੀਲ ਕਰਦੇ ਹਾਂ ਵੀ ਤੁਸੀਂ ਆਪਦਾ ਸ਼ਾਂਤਮਈ ਜਿਹੜਾ ਹੈਗਾ ਪ੍ਰਦਰਸ਼ਨ ਕਰਨਾ ਹੈ। ਅਸੀਂ ਤਾਂ ਸਰਕਾਰ ਦੇ ਬੋਲੀ ਸਰਕਾਰ ਦੇ ਕੰਨ ਉਹਨਾਂ ਨੂੰ ਜਗਾਉਣਾ ਹੈ, ਕੋਈ ਦਿੱਲੀ ਜਾ ਕੇ ਵੀ ਨਹੀਂ, ਉਰੇ ਵੀ ਅਗਲਾ ਇਹ ਬਾਹਰਲੇ ਮੁਲਕਾਂ ਤੱਕ ਵੀ ਇਹ ਚੀਜ਼ ਦਾ ਪਤਾ ਲੱਗ ਰਿਹਾ ਵੀ ਜਿਹੜਾ ਹੈਗਾ ਵੀ ਮੋਦੀ ਸਰਕਾਰ ਆ ਕੀ ਕੁਛ ਕਰ ਰਹੀ ਹੈ। ਅਤੇ ਆਪਾਂ ਨੇ MSP ਲੈਣੀ ਹੈ, ਉਹ ਲੈ ਕੇ ਹਟਾਂਗੇ। ਹੁਣ ਇਹ ਹੈ ਵੀ ਜਦੋਂ ਸਾਲ ਉੱਥੇ ਵੀ ਬਹਿ ਗਏ, ਹੁਣ ਇਹ ਤਾਂ ਕੋਈ ਗੱਲ ਨਹੀਂ, ਜਦੋਂ ਹੋਣਾ ਪਿਆ ਇਹਨੂੰ ਚੱਕਾਂਗੇ ਵੀ। ਹਾਂ, ਹੁਣ ਇਹ ਤਾਂ ਜਿੰਨਾ ਚਿਰ ਸਾਲ ਹੈ 2 ਸਾਲ ਹੈ ਇਹ ਹਟਣ ਵਾਲੇ ਨਹੀਂ ਹੈਗੀ। ਹੁਣ ਕੌਮ ਵੀ ਕਿਸ ਤਰ੍ਹਾਂ ਦਾ, ਕਿਸਾਨ ਵੀ ਇਸੇ ਦੇਸ਼ ਦੇ ਨੇ, ਸਾਡਾ ਆਪਣਾ ਦੇਸ਼ ਹੈ, ਕੋਈ ਬਗਾਨਾ ਦੇਸ਼ ਨਹੀਂ ਗਾ। ਅਤੇ ਬਾਕੀ ਗੱਲ ਮੈਨੂੰ ਲੱਗਦਾ ਇੱਥੇ ਦਾ ਮਾਹੌਲ ਬਣਿਆ ਹੋਇਆ, ਸਾਹਮਣੇ ਆਪਾਂ ਦੇਖ ਰਹੇ ਹਾਂ ਕਈ ਲੇਅਰਸ ਦੇ ਵਿੱਚ ਜਿਹੜੀ ਫੋਰਸ ਹੈ ਜਿਹੜੀ ਲੱਗੀ ਹੋਈ ਹੈ, ਮੰਨ ਲਓ ਇਸ ਤਰੀਕੇ ਦਾ ਮਾਹੌਲ ਤਾਂ ਜੇ ਆਪਾਂ ਬਾਰਡਰ ਏਰੀਆ ਦੇ ਵਿੱਚ ਜਾਈਏ, ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਏਰੀਆ ਦੇ ਵਿੱਚ ਤਾਂ ਇੰਨੀ ਆਰਮੀ ਤਾਂ ਉੱਥੇ ਕਿਤੇ ਵੀ ਨਹੀਂ ਲੱਗੀ ਹੋਈ। ਹਾਂਜੀ, ਆ ਇਹ ਜੇ ਤੁਸੀਂ ਵੀ ਇੰਨੇ ਮੁਸਤੈਦ ਹੋਏ ਹੋ ਉੱਥੋਂ ਨਸ਼ਾ ਬੰਦ ਕਰ ਲਓ ਤੁਸੀਂ ਬਾਰਡਰਾਂ ਦੇ ਉੱਤੇ, ਇੰਨਾ ਕੁ ਜ਼ਿਆਦਾ ਫੋਰਸ ਤਾਂ ਬਾਰਡਰਾਂ 'ਤੇ ਵੀ ਨਹੀਂ ਹੈਗੀ ਜੇ ਆਪਣੀ ਇੰਨੀ ਜਨਤਾ ਜਾ ਕੇ ਉੱਥੇ ਤਾਰ ਤੋੜਨੀ, ਪਾਕਿਸਤਾਨ ਕਦੋਂ ਦੇ ਵੜ ਜਾਂਦੇ ਜਾ ਕੇ? ਵੀ ਜੇ ਤੁਸੀਂ ਇੰਨੀ ਕਰਨਾ ਉੱਧਰੋਂ ਇੰਨਾ ਕੁਛ ਆ ਰਿਹਾ ਉਹਨੂੰ ਬੰਦ ਕਰੋ ਤੁਸੀਂ। ਅਸੀਂ ਤਾਂ ਇਸੇ ਦੇਸ਼ ਦੇ ਹਾਂ, ਹੁਣ ਇਹ ਖੜ ਕੇ ਇਸ ਤਰ੍ਹਾਂ ਲੱਗ ਰਿਹਾ ਸਾਨੂੰ ਵੀ ਅਸੀਂ ਕਿਸੇ ਹੋਰ ਉਹਦੇ 'ਚ ਬੈਠੇ ਹਾਂ ਵੀ ਇੰਨੀਆਂ ਤਾਰਾਂ ਸਾਡੇ ਵਾਸਤੇ, ਸਾਡਾ ਆਪਣਾ ਦੇਸ਼ ਨਹੀਂ ਲੱਗ ਰਿਹਾ ਹੁਣ ਸਾਨੂੰ ਇਹ ਵੀ ਇਹ ਜਿਹੜਾ ਇਹ ਜਿਹੜੀ ਫੋਰਸ ਹੈ ਆਪਣੇ ਬਾਰਡਰਾਂ ਦੀ ਰਾਖੀ ਕਰਨ ਦੀ ਬਜਾਏ ਹੁਣ ਸਾਡੇ ਜਵਾਨਾਂ 'ਤੇ ਅਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਉਹ ਚਲਾ ਰਹੀ ਹੈ। ਕਿਉਂਕਿ 24 ਦੇ ਵਿੱਚ ਇਲੈਕਸ਼ਨਾਂ ਨੇ ਜਿਹੜੀਆਂ ਥੋੜ੍ਹੇ ਸਮੇਂ ਨੂੰ ਇਲੈਕਸ਼ਨਾਂ ਆ ਜਾਣਗੀਆਂ, ਜਿਵੇਂ ਮੰਨ ਲਓ ਹੈ ਨਾ, ਤਾਂ ਰਾਜਧਾਨੀ ਦੀਆਂ ਇਲੈਕਸ਼ਨਾਂ ਨੇ, ਸਰਕਾਰ ਦੀਆਂ, ਕੇਂਦਰ ਸਰਕਾਰ ਦੀਆਂ ਇਲੈਕਸ਼ਨਾਂ ਨੇ, ਮੰਨ ਲਓ ਰਾਜਧਾਨੀ ਦੇ ਵਿੱਚ ਰੋਕਣ ਤੋਂ ਜਾਣ ਦੇ ਲਈ ਕਿਸਾਨਾਂ ਨੂੰ ਐਡਾ ਵੱਡਾ ਜਿਹੜਾ ਮੁਸ਼ਤੈਦੀ ਦੇ ਨਾਲ ਪ੍ਰਸ਼ਾਸਨ ਜਿਹੜਾ ਲਾਇਆ ਹੋਇਆ ਤਾਂ ਕੰਡਾ ਤਾਰਾਂ ਲਾਈਆਂ ਹੋਈਆਂ ਨੇ ਅੱਗੇ, ਮੰਨ ਲਓ ਪੁਲਿਸ ਪੂਰੀਆਂ ਲੋਡ ਕਰੀ ਖੜੀਆਂ ਕੰਨਾਂ। ਹਾਂਜੀ, ਆ ਇਹ ਹੁਣ ਆਪਣੇ ਜਿਹੜਾ ਸੰਵਿਧਾਨ ਦੇ ਵਿੱਚ ਵੀ ਲਿਖਿਆ ਵੀ ਕੋਈ ਵੀ ਹਾਈਵੇ ਆਪਾਂ ਬੰਦ ਨਹੀਂ ਕਰ ਸਕਦੇ ਕਾਨੂੰਨ ਮੁਤਾਬਕ। ਹੁਣ ਕੋਈ ਇੱਥੇ ਕਿਹੜਾ ਕੋਈ ਜ਼ਿਆਦਾ ਕੋਈ ਅਸੀਂ ਵੀ ਕੋਈ ਬਿਲਡਿੰਗ ਪਈ ਆ ਵੀ ਉਹਨੂੰ ਨੁਕਸਾਨ ਪਹੁੰਚਾਉਣ ਜਾ ਰਹੇ ਹਾਂ, ਇਹ ਤਾਂ ਰੋਡ ਜਾ ਰਿਹਾ, ਰੋਡ ਕੱਲ੍ਹ ਨੂੰ ਵੀ ਤਾਂ ਖੋਲ੍ਹਣਗੇ ਇਹ। ਹੁਣ ਅੱਜ ਆਇਆ ਅਸੀਂ ਆਪਦੀ ਗੱਲ ਦੱਸਣ ਜਾ ਰਹੇ ਹਾਂ, ਦਿੱਲੀ ਪਹਿਲਾਂ ਵੀ ਸਾਲ ਬੈਠੇ ਰਹੇ ਹਾਂ, ਉੱਥੇ ਕਿਹੜਾ ਦਿੱਲੀ ਜਾ ਕੇ ਅਸੀਂ ਕੋਈ ਦਿੱਲੀ ਢਾਹਤੀ ਹੈ ਜਾਂ ਕੁਛ ਹੈ। ਅਸੀਂ ਆਪਦੀਆਂ ਮੰਗਾਂ ਮਨਾਉਣ ਵਾਸਤੇ ਹਰੇਕ ਜਿਹੜੀ ਵੀ ਹੈਗੇ ਆ ਜਥੇਬੰਦੀ ਆਪਦੀ ਕੋਸ਼ਿਸ਼ ਕਰਦੀ ਹੈ, ਕੋਈ ਮੁਲਾਜ਼ਮ ਜਥੇਬੰਦੀ ਹੈ, ਕੋਈ ਕੁਛ ਵੀ ਹੈ, ਉਹ ਆਪਦਾ ਪ੍ਰੋਟੈਕਸ਼ਨ ਕਰਨ ਦਾ ਆਪਾਂ ਨੂੰ ਅਧਿਕਾਰ ਹੈ, ਆਪਣੇ ਸੰਵਿਧਾਨ 'ਚ ਲਿਖਿਆ ਹੋਇਆ। ਕੋਈ ਨਾ ਕਿ ਇਹ ਰੋਡ ਇਸ ਤਰ੍ਹਾਂ ਬੰਦ ਕਰਨ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਆਪਣੇ ਕਿਸੇ ਸੰਵਿਧਾਨ 'ਚ ਨਹੀਂ ਹੈਗਾ ਵੀ ਹਾਈਵੇ ਆਪਣੀ ਕੋਈ ਵੀ ਸਰਕਾਰ ਬੰਦ ਕਰ ਸਕੂਗੀ।
ਜਿਸ ਤਰੀਕੇ ਨਾਲ ਸਾਨੂੰ ਵੀ ਇੱਥੇ ਰਿਪੋਰਟਿੰਗ ਕਰਨ ਗਏ ਸੀ ਤਾਂ ਸਾਨੂੰ ਵੀ ਰੋਕਿਆ ਗਿਆ, ਕਹਿੰਦੇ ਵੀ ਇਸ ਤੋਂ ਅੱਗੇ ਨਾ ਆਓ। ਇਸ ਤਰੀਕੇ ਨਾਲ ਲੱਗਦਾ ਜਿਵੇਂ ਮੰਨ ਲਓ ਜਿਵੇਂ ਪਾਕਿਸਤਾਨ ਅੱਗੇ ਹੁੰਦਾ ਵੀ ਹਾਂ ਇਸ ਏਰੀਏ ਤੋਂ ਜ਼ੀਰੋ ਲਾਈਨ ਤੋਂ ਅੱਗੇ ਨਹੀਂ ਤੁਸੀਂ ਆਉਣਾ, ਇਹ ਤਾਂ ਆਪਣਾ ਹੀ ਦੇਸ਼ ਹੈ, ਆਪਾਂ ਹੀ ਇੱਥੇ ਸਰਕਾਰ। ਦੇਖੋ ਤੁਸੀਂ ਦਿਖਾ ਰਹੇ ਹੋ, ਦੁਨੀਆਂ ਨੂੰ ਦਿਖਾ ਰਹੇ ਹੋ ਵੀ ਕੀ ਚੀਜ਼ ਆਪਣੇ ਪਈ ਹੈ। ਹੁਣ ਜਾ ਕੇ ਜੇ ਉੱਥੇ ਤੁਸੀਂ ਖੜ ਕੇ ਵੀ ਜਾ ਕੇ ਕਰ ਲਓਗੇ, ਇਹਨਾਂ ਨੂੰ ਕੋਈ ਬੰਬ ਗੋਲਾ ਤਾਂ ਨਹੀਂ ਹੈਗਾ ਤੁਹਾਡੇ ਕੋਲੇ ਵੀ? ਮਾਈਕ ਹੈ ਸਾਡੇ ਕੋਲ, ਬੰਬ ਗੋਲਾ ਤਾਂ ਹੈ ਨਹੀਂ ਕੋਈ। ਹਾਂਜੀ ਹਾਂ, ਇਹ ਜਿਹੜਾ ਹੈਗਾ ਸਰਕਾਰਾਂ ਦਾ ਸਰਾਸਰ ਧੱਕਾ ਹੋ ਰਿਹਾ ਤੇ ਇਹ ਚੀਜ਼ ਹੈ ਜਿਹੜੀ ਆਪਣਾ ਬਹੁਤ ਜਿਹੜਾ ਆਪਣੇ ਪਰਲੇ ਪਾਸੇ ਵੀਰ ਘਰਾਂ ਦੇ ਵਿੱਚ ਜਾ ਕੇ, ਪਿੰਡ ਦਾਤੇ ਵਾਲੇ ਦੇ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਗੋਲੇਬਾਰੀ ਕੀਤੀ ਹੈ। ਕਈਆਂ ਮੁੰਡਿਆਂ ਦੇ ਨੁਕਸਾਨ ਹੋਇਆ, ਕਈਆਂ ਦੀਆਂ ਲੱਤਾਂ ਹਰਿਆਣੇ ਦੇ ਵਿੱਚ ਵੀ ਦਾਤੇ ਵਾਲੇ ਪਿੰਡ ਤੋਂ ਲੋਕਾਂ ਦੇ ਘਰਾਂ 'ਚ ਪਸ਼ੂਆਂ ਦਾ ਨੁਕਸਾਨ ਤੱਕ ਹੋਇਆ। ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਹੈ ਇੱਥੇ ਤੈਨਾਤ ਕੀਤੀ ਗਈ ਹੈ ਖਨੌਰੀ ਬਾਰਡਰ 'ਤੇ, ਤਾਂ ਸ਼ੰਭੂ ਬਾਰਡਰ 'ਤੇ ਵੀ ਇਸ ਤਰੀਕੇ ਦਾ ਹੀ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲਿਆ ਸੀਗਾ। ਇੱਥੇ ਗੋਲੇ ਸੀਗੇ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਲਗਾਤਾਰ ਸੁੱਟੇ ਜਾ ਰਹੇ ਸੀ, ਪਰ ਗੱਲਬਾਤ ਦਾ ਜਿਹੜਾ ਦੌਰ ਹੈ ਕਿਸਾਨ ਲੀਡਰਾਂ ਦਾ ਅਤੇ ਕੇਂਦਰੀ ਲੀਡਰਾਂ ਦਾ ਚੱਲ ਰਿਹਾ, ਤਾਂ ਸ਼ਾਂਤੀ ਆ ਹਲੇ ਫਿਲਹਾਲ, ਪੂਰੀ ਸ਼ਾਂਤੀ ਹੈ। ਕਿਸਾਨ ਕਹਿੰਦੇ ਨੇ ਕਿ ਜਦੋਂ ਤੱਕ ਉੱਪਰੋਂ ਸਾਨੂੰ ਸਾਡੇ ਲੀਡਰਾਂ ਦੀ ਕਾਲ ਨਹੀਂ ਆਉਂਦੀ, ਜਦੋਂ ਤੱਕ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਉਦੋਂ ਤੱਕ ਇਹ ਮਾਹੌਲ ਇਸ ਤਰੀਕੇ ਦੇ ਨਾਲ ਸਿਖਾਵਾਂ ਜਿਹੜਾ ਬਣਿਆ ਰਹੂਗਾ, ਉਦੋਂ ਤੱਕ ਅੱਗੇ ਜਿਹੜੀ ਵਧਣ ਦੀ ਆ ਉਹ ਕੋਸ਼ਿਸ਼ ਹੈ ਜਿਹੜੀ ਨਹੀਂ ਕੀਤੀ ਜਾਊਗੀ। ਪਰ ਅੱਗੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੀ ਮੁਸ਼ਤੈਦ ਹੋ ਕੇ ਫੌਜ ਖੜ੍ਹੀ ਹੈ, ਰੈਪਿਡ ਐਕਸ਼ਨ ਫੋਰਸ ਖੜ੍ਹੀ ਹੈ, ਹਰਿਆਣਾ ਦੀ ਫੋਰਸ ਹੈ ਜਿਹੜੀ ਖੜ੍ਹੀ ਹੈ, ਤਾਂ ਉੱਧਰੋਂ ਕਿਤੇ ਨਾ ਕਿਤੇ ਅਧਿਕਾਰੀ ਨੇ ਜਿਹੜੇ ਵੱਡੇ ਅਧਿਕਾਰੀ ਨੇ ਜਿਹੜੇ ਉੱਧਰੋਂ ਆਏ ਹੋਏ ਨੇ, ਮੈਨੂੰ ਲੱਗਦਾ ਦੇਖਣ ਆਏ ਹੋਏ ਨੇ। ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਖਨੌਰੀ ਬਾਰਡਰ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲਗਾਤਾਰ ਇਸੇ ਥਾਂ 'ਤੇ ਪਰਸੋਂ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਲਗਾਤਾਰ 3-4 ਘੰਟੇ ਚੱਲਦੇ ਰਹੇ ਨੇ, ਤਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਉਹ ਜ਼ਖਮੀ ਹੋ ਗਏ ਸੀ। ਤਾਂ ਉੱਧਰਲੇ ਪਾਸੇ ਦੇਖ ਸਕਦੇ ਹੋ ਹਰਿਆਣਾ ਪੁਲਿਸ ਦੇ ਕੋਈ ਅਫਸਰ ਨੇ, ਉਹ ਇੱਥੇ ਦੇਖਣ ਆਏ ਹੋਏ ਨੇ। ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇੱਧਰਲੇ ਪਾਸੇ ਵੀ ਜ਼ਰੂਰ ਦਿਖਾ ਦਿਓ। ਤਾਂ ਮੁਆਇਨਾ ਜਿਹੜਾ ਹਰਿਆਣਾ ਪੁਲਿਸ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ, ਤਾਂ ਇੱਧਰੋਂ ਬੋਲੇ ਸੋ ਨਿਹਾਲ ਦੇ ਜਕਾਰੇ ਨੇ ਜਿਹੜੇ ਨੌਜਵਾਨਾਂ ਵੱਲੋਂ ਲਾਏ ਜਾ ਰਹੇ ਨੇ। ਇੱਧਰਲੇ ਪਾਸੇ ਵੀ ਪੂਰੇ ਤਰੀਕੇ ਦੇ ਨਾਲ ਸ਼ਾਂਤੀ ਹੈ, ਕਿਸਾਨ ਪੂਰੇ ਸ਼ਾਂਤ ਬੈਠੇ ਨੇ। ਤਾਂ ਉੱਧਰਲੇ ਪਾਸੇ ਜਿਹੜੀ ਫੋਰਸ ਹੈ ਉਹ ਵੀ ਹਲੇ ਕਿਸੇ ਹਲਚਲ ਦੇ ਵਿੱਚ ਨਹੀਂ ਆ, ਪਰ ਮੁਸ਼ਤੈਦ ਹੋ ਕੇ ਪੂਰੀ ਖੜ੍ਹੀ ਹੈ। ਤਾਂ ਦੇਖ ਸਕਦੇ ਹੋ ਤੁਸੀਂ ਹਰਿਆਣਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਨੇ। ਤਾਂ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਹੈ ਜਿਹੜੀ, ਰੈਪਿਡ ਐਕਸ਼ਨ ਫੋਰਸ ਹੈ ਜਿਹੜੀ ਉਹ ਖੜ੍ਹੀ ਹੈ। ਤਾਂ ਇੱਧਰਲੇ ਪਾਸੇ ਕਿਸਾਨ ਨੇ ਜਿਹੜੇ ਉਦੋਂ ਤੱਕ ਕਹਿੰਦੇ ਅਸੀਂ ਸ਼ਾਂਤ ਬੈਠੇ ਹਾਂ ਜਦੋਂ ਤੱਕ ਗੱਲਬਾਤ ਦਾ ਦੌਰ ਚੱਲਦਾ, ਅਤੇ ਜਦੋਂ ਕਿਸਾਨ ਲੀਡਰਾਂ ਵੱਲੋਂ ਕੋਈ ਕਾਲ ਆਊਗੀ ਤਾਂ ਉਸ ਤੋਂ ਅੱਗੇ ਜਿਹੜਾ ਐਕਸ਼ਨ ਹੈ ਉਹ ਕਿਸਾਨਾਂ ਵੱਲੋਂ ਵੀ ਕੀਤਾ ਜਾਊਗਾ।